ਇਹਨੇ ਇਹ ਨਹੀਂ ਸਰ ਮੋਬਾਈਲ ਬਾਈ, ਇਹ ਦੇਖਿਆ ਸ਼ਮਸ਼ਾਨ ਘਾਟ ਦਾ ਰਸਤਾ ਹੈ, ਇੰਨੇ ਘਰ ਨੇ, ਇੰਨੀ ਮੂਰਤੀਆਂ ਬਾਈ, ਕਿੰਨੀਆਂ ਕੁਸੇ ਗੱਡੀ ਚਾੜਨੀ ਇੱਥੋਂ, 20-20 ਲੱਖ ਰੁਪਏ ਲੋਕ ਗੱਡੀ ਲਈ ਆਵਾ ਕਰ, ਹੈ ਵੋਟ ਮੰਗਣ ਸਾਰੇ ਇਹਨੇ ਕੰਮ ਕਰਦੇ ਨਹੀਂ ਲੱਭਦੇ, ਇਹਨੇ ਕੰਮ ਸਿਖਾਉਣਾ, ਕੋਈ ਸ਼ਰਮ ਕਰੋ ਥੋੜ੍ਹੀ ਐਡਮਿਨਿਸਟ੍ਰੇਸ਼ਨ ਵਾਲਿਓ, ਇਹ ਸ਼ਮਸ਼ਾਨ ਘਾਟ ਦਾ ਰਸਤਾ ਹੈ ਗੁਪਤਗਾਸ਼ੀ ਦਾ, ਅਤੇ ਕਿੰਨਾ ਆਉਣਾ ਕੁਸੇ, ਅਗਰ ਉਹਦਾ ਕੋਈ ਸੁਣਾ ਦਾ ਕੋਈ, ਤਾਂ ਇਹਦੀ ਕੋਈ ਕਰੋ ਕੋਈ ਹੱਲ, ਲਾਸਟ ਦਾ ਸਾਰੇ ਇੱਥੇ ਆਉਣਾ ਹੈ। ਨਮਸਕਾਰ ਜੀ, ਜਿੰਨੇ ਵੀ ਸਾਡੇ ਚੈਨਲ ਦੇ ਦਰਸ਼ਕ ਦਿਖਾਦੇ ਸਾਰੇ ਕੀ ਨਮਸਕਾਰ, ਆਦਾਬ, ਸਤਿ ਸ਼੍ਰੀ ਅਕਾਲ। ਅਤੇ ਮੈਂ ਤੁਹਾਨੂੰ ਆਪਣਾ ਦੋਸਤ ਸਾਥੀ ਹੋ ਪ੍ਰਦੀਪ ਸ਼ਰਮਾ, ਅਤੇ ਅਸੀਂ ਪਹਿਲੇ ਲਾਈਵ ਵੀਡੀਓ ਤੁਸੀਂ ਦੱਸੀ ਆ, ਔਰ ਇਹ ਰਸਤੇ ਦੀ ਬਦਹਾਲੀ ਦਾ ਤੁਸੀਂ ਸੂਰਤ ਹਾਲ ਦੱਸਿਆ, ਜਿਹੜਾ ਕਿ ਗੁਪਤਕਾਸ਼ੀ ਕੀ ਰਸਤਾ ਜਾਂਦਾ ਹੈ, ਬੜਾ ਗਿਆ ਮਹੱਤਵਪੂਰਨ ਰੋਡ, ਨਾ ਸਿਰਫ ਅਸ ਧਾਰਮਿਕ ਲਿਆ ਕਰਨੇ ਦੇਖਿਆ, ਹਰ ਵਾਰ ਜਿਹੜੇ ਹਜ਼ਾਰੇ ਦੀ ਸੰਖਿਆ ਜਿਹੜੇ ਸ਼ਰਧਾਲੂ ਜਿਹੜੇ ਗੁਪਤਕਾਸ਼ੀ ਜਾਂਦੇ, ਲੇਕਿਨ ਅਗਰ ਅਸ ਦੂਏ ਪਾਸੇ ਦੇਖਿਆ ਤਾਂ ਬੜਾ ਗਿਆ ਮਹੱਤਵਪੂਰਨ ਸੀਗੇ, ਲਗਭਗ 18 ਗ੍ਰਾਂ ਦਾ ਇੱਥੇ ਸ਼ਮਸ਼ਾਨ ਘਾਟ ਵੀ ਹੈ, ਧਨਵਾ, ਸਲੂਨ, ਮਲੈੜ, ਗੰਨ, ਕੁਲਸਰ, ਖੈਰਲ, ਜੱਡ, ਨਗਰ, ਕਾਂਸ, ਬ੍ਰਾਹਮਣਾ, ਗੁਣਸ, ਗੁਰਸ, ਮਨੇਲ, ਲਗਭਗ 18 ਗ੍ਰਾਂ ਦਾ ਸ਼ਮਸ਼ਾਨ ਘਾਟ ਵੀ ਹੈ। ਔਰ ਅੱਜ ਤੁਸੀਂ ਤਸਵੀਰਾਂ ਦੱਸਿਆ, ਇਹ ਸਾਰੇ ਲੋਕ ਜਿਹੜੇ ਅੱਜ ਇੱਕ ਜਿਹੜੇ ਸ਼ਮਸ਼ਾਨ ਘਾਟ ਗਏ ਰਹੇ, ਉੱਥੇ ਇੱਕ ਸਾਡੀ ਇੱਕ ਬੜਾ ਗਿਆ ਦੁਖਦ ਸਮਾਚਾਰ ਕੀ ਗਏ, ਰਜਨੀ ਦੇਵੀ ਔਰ ਜਿਹੜੇ ਧਨਵਾ ਦੇ ਰੋਣੇ ਵਾਲੇ, ਉਹਦੀ ਜਿਹੜੀ ਮ੍ਰਿਤਿਊ ਹੋਈ ਗਈ, ਸਾਰੇ ਉੱਥੇ ਗਏ ਦੇ, ਤੁਸੀਂ ਤਸਵੀਰਾਂ ਵੀ ਦੱਸਣੀਆਂ, ਕਿੰਨੀ ਬਦਹਾਲੀ ਹੈ ਇਸ ਰਸਤੇ ਦੀ, ਔਰ ਕਿੰਨੀ ਕਿੰਨੀਆਂ ਮਹਿੰਗੀਆਂ ਗੱਡੀਆਂ ਲੋਕ ਲਈ ਆਏ ਦੇ, ਔਰ ਇਹ ਜਿਹੜੀ ਯੁਵਾ ਟੀਮ ਲੱਭਾ ਦੀ, ਅਗਰ ਇਹ ਯੁਵਾ ਟੀਮ ਫਿਲਹਾਲ ਇੱਥੇ ਨਹੀਂ ਹੁੰਦੀ ਤਾਂ ਗੱਡੀਆਂ ਇੱਥੋਂ ਚਾੜਨਾ ਬੜਾ ਪੋਸੀਬਲ ਨਾ। ਆਓ ਇਹਦੇ ਕਨੇ ਗੱਲ ਕਰਵਾਉਂਦੇ ਜੀ, ਕੀ ਆਖਣਾ ਚਾਹੁੰਦੇ ਹੋ ਤੁਸੀਂ ਇਸ ਰਸਤੇ ਦੀ ਹਾਲਤ ਦੇਖੀ? ਇਹ ਲਾਸਟ ਘਰ ਦਾ ਰਸਤਾ ਹੈ, ਚਲੋ ਜ਼ਿੰਦਗੀ ਉੱਪਰ ਜਾਣਾ, ਇਹ ਰਸਤਾ ਨਹੀਂ, ਇਹਨੇ ਐਡਮਿਨਿਸਟ੍ਰੇਸ਼ਨ ਬਣਾ ਲਈ ਸਾਰਾ ਸਿੱਧਾ ਕਰਾ ਦੇ, 1.5-2 ਮਹੀਨੇ ਇਹ ਰਸਤਾ ਤੁਰਕੇ ਦੇ, ਇਹਨੇ ਇਹ ਨਹੀਂ ਸਰ ਮੋਬਾਈਲ ਬਾਈ, ਇਹ ਦੇਖਿਆ ਸ਼ਮਸ਼ਾਨ ਘਾਟ ਦਾ ਰਸਤਾ ਹੈ, ਇੰਨੇ ਘਰ ਨੇ, ਇੰਨੀ ਮੂਰਤੀਆਂ ਬਾਈ, ਕਿੰਨੀਆਂ ਕੁਸੇ ਗੱਡੀ ਚਾੜਨੀ ਇੱਥੋਂ, 20-20 ਲੱਖ ਰੁਪਏ ਲੋਕ ਗੱਡੀ ਲਈ ਆਵਾ ਕਰ, ਹੈ ਵੋਟ ਮੰਗਣ ਸਾਰੇ ਇਹਨੇ ਕੰਮ ਕਰਦੇ ਨਹੀਂ ਲੱਭਦੇ, ਇਹਨੇ ਕੰਮ ਸਿਖਾਉਣਾ, ਕੋਈ ਸ਼ਰਮ ਕਰੋ ਥੋੜ੍ਹੀ ਐਡਮਿਨਿਸਟ੍ਰੇਸ਼ਨ ਵਾਲਿਓ, ਇਹ ਸ਼ਮਸ਼ਾਨ ਘਾਟ ਦਾ ਰਸਤਾ ਹੈ ਗੁਪਤਕਾਸ਼ੀ ਦਾ, ਅਤੇ ਕਿੰਨਾ ਆਉਣਾ ਕੁਸੇ, ਅਗਰ ਉਹਦਾ ਕੋਈ ਸੁਣਾ ਦਾ ਕੋਈ, ਤਾਂ ਇਹਦੀ ਕੋਈ ਕਰੋ ਕੋਈ ਹੱਲ, ਲਾਸਟ ਦਾ ਸਾਰੇ ਇੱਥੇ ਆਉਣਾ। ਜੀ ਕੇ ਨਾਂ ਕਿਆ ਤੁਹਾਡਾ, ਔਰ ਤੁਸੀਂ ਕੀ ਆਖਣਾ ਚਾਹੁੰਦੇ ਹੋ? ਸਰ ਮੇਰਾ ਨਾਮ ਅਮਨ ਸ਼ਰਮਾ, ਸਰ ਇਹੀ ਆਖਣੇ ਸਾਰੇ ਇਕੱਠੇ ਹੋਏ ਕਿ ਜਿਹੜਾ ਲਾਸਟ ਸਰ ਸਟੈਪ ਹੈ ਕਿ ਇਹ ਜਿਹੜਾ ਸਹੀ ਬਣਨਾ ਚਾਹੀਦਾ, ਕਿਉਂਕਿ ਸਰ ਇਹ ਜਿੰਨਾ ਮਤਲਬ ਕਿ ਅੱਛਾ ਹੋਵੇ ਇੰਨਾ ਲਾਸਟ ਅੱਛਾ ਹੋਈ ਹੈ ਸਰ, ਸਾਡਾ ਅਸੀਂ ਐਡਮਿਨਿਸਟ੍ਰੇਸ਼ਨ ਇਹ ਅਪੀਲ ਕਰਦੇ ਹਾਂ ਕਿ ਅੱਛਾ ਹੋਈ ਹੈ, ਕੋਈ ਡੰਗੇ ਛੰਗੇ ਲਵਾਉਣ, ਫਸਟ ਕਲਾਸ ਰੋਡ ਬਣਾ, ਕੋਈ ਡਬਲ ਰੋਡ ਦਾ ਹੋਈ ਆ, ਥੋੜ੍ਹਾ ਖੁੱਲ੍ਹਾ ਹੋਈ ਆ ਰੋਡ, ਇੰਨੀਆਂ ਗੱਡੀਆਂ ਆ ਰਹੀਆਂ, ਜਾਮ ਲੱਗਿਆ 2-3 ਘੰਟੇ ਹੋਈ ਆ ਅਸੀਂ ਇੱਥੇ ਲੱਗੇ ਤੇ ਗੱਡੀਆਂ ਕਢਾਉਂਦੇ, ਕੀ ਕਰਨਾ, ਐਡਮਿਨਿਸਟ੍ਰੇਸ਼ਨ ਢਿੱਲੀ ਹੈ ਸਾਡੀ, ਸਾਡੇ ਆਉਂਦੇ ਜਾਂਦੇ ਆਉਂਦੇ ਦੇਖਦੇ ਮਹਾਰਾਜ, ਹਾਂ ਇਹ ਠੀਕ ਹੈ, ਇਹ ਕਰਨਾ ਨਹੀਂ ਇਹਨੇ। ਅਤੇ ਬਿਲਕੁਲ, ਅਗਰ ਇਹ ਯੁਵਾ ਸਾਡੇ ਕੰਨੇ ਜਿੰਨੇ ਵੀ ਤੁਸੀਂ ਤਸਵੀਰਾਂ ਵਿੱਚ ਦਿਖਾ ਦਿਓ, ਇਹ ਯੁਵਾ ਜਿਹੜੇ ਲਗਭਗ 2 ਘੰਟੇ ਜਾਮ ਰਿਹਾ ਇੱਥੇ ਲੱਗੇ ਦਾ, ਔਰ ਇਹਦੀ ਕਿਆ ਬਦੌਲਤ ਤੁਸੀਂ ਦਿਖਾ ਦਿਓ ਰਸਤੇ ਦੀ ਹਾਲਤ ਦੇਖੀ, ਅਗਰ ਇਹ ਇੱਥੇ ਸ਼ਾਇਦ ਨਹੀਂ ਰੁਕਦੇ ਹੈ ਵੀ ਆਪਣੇ ਘਰੇ ਜਲਦੀ ਜਲਦੀ ਨਿਕਲੀ ਜਾਂਦੇ ਹੈ, ਅਤੇ ਗੱਡੀਆਂ ਹਾਲੇ ਵੀ ਇੱਥੇ ਕਾ ਫਸੀਦੀਆਂ ਹੋਣੀਆਂ ਹੀ ਆ। ਅਤੇ ਫਿਰ ਸਾਡੀ ਰਿਆਸੀ ਐਡਮਿਨਿਸਟ੍ਰੇਸ਼ਨ ਵਿੱਚ ਹੈ ਸਾਡਾ ਜਿਹੜਾ PWD ਵਿਭਾਗ ਹੈ, ਉਹਦੇ ਅੱਗੇ ਵੀ ਸਾਡੀ ਇਹ ਇੱਕ ਰਿਕੁਐਸਟ ਰੋਗ ਕਿ ਲਗਭਗ 50 ਮੀਟਰ ਵੀ ਰੋਡ ਜਿਹੜਾ ਇਹ ਵਾਸ਼ ਆਊਟ ਨਹੀਂ ਹੋਏਗਾ, ਕੋਈ ਬੜਾ ਵੱਡੀ ਛਤੀ ਨਹੀਂ ਹੋਈ ਦੀ, ਥੋੜ੍ਹਾ ਜਿਹਾ ਕੰਮ ਹੈ, ਲੇਕਿਨ ਪ੍ਰਸ਼ਾਸਨ ਕੁਦੇ ਨਾ ਕੁਦੇ ਜਿਹੜਾ ਬਿਲਕੁਲ ਸੁਸਤ ਹੋ ਚੁੱਕੇ ਦਾ, ਔਰ ਲਗਾਤਾਰ ਸਾਡਾ ਪ੍ਰਯਾਸ ਰਹੋ ਦਾ ਕਿ ਇਹਦਾ ਰਸਤੇ ਦਾ ਉਧਾਰ ਕੀਤਾ ਜਾ, ਕਿ ਲਗਾਤਾਰ ਯਾਤਰੂ ਵੀ ਇੱਥੇ ਡੇਲੀ ਕੋਈ ਨਾ ਕੋਈ ਗੱਡੀ ਫਸਦੀ ਹੈ, ਔਰ ਕਿੰਨੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਾਉਂਦਾ ਹੈ ਲੋਕਾਂ ਕੀ, ਤੁਸੀਂ ਦਿਖਾ ਦਿਓ ਤਸਵੀਰਾਂ ਵਿੱਚ ਕਿ ਇਕੱਲਾ ਬੰਦੇ ਦੀ ਗੱਡੀ ਇੱਥੇ ਜਿਹੜਾ ਫਸੀ ਜਾਂਦੀ, ਉਹਦੇ ਲੈ ਕੇ ਉਹਦੇ ਕੰਨੇ ਬੀਤਦਾ ਹੋ, ਅਤੇ ਫਿਰ ਸਾਡੀ ਇਹ ਅਪੀਲ ਰੋਗ ਰਿਆਸੀ ਐਡਮਿਨਿਸਟ੍ਰੇਸ਼ਨ ਅੱਗੇ ਕਿ ਇਲੈਕਸ਼ਨ ਕੋਲ ਜਿਹੜਾ ਰਿਜ਼ਲਟ ਹੋਣੇ ਕੋਲ ਪਹਿਲੇ ਗਿਆ ਇਸ ਰਸਤੇ ਦਾ ਜਿਹੜਾ ਹੱਲ ਹੋਈ ਆ। ਧੰਨਵਾਦ, ਇਸ ਰਸਤੇ ਦਾ ਕੋਈ ਮਸਲਾ ਹੱਲ ਕਰੋ ਮਹਾਰਾਜ, ਕੋਈ ਹੋਰ ਸਾਰੇ ਗ੍ਰਾਂ ਵਾਲੇ ਇੱਥੇ 15-16 ਗ੍ਰਾਂ ਹੁੰਦੇ ਨੇ ਇੱਥੇ, ਕੁਸੇ ਦਾ ਕੇਸ ਗਏ ਹੋਇਆ ਹੁੰਦਾ,
ਲੈ ਇੱਥੇ ਕੋਈ ਉਹ ਤੇ ਕੀ ਹਾਲਤੀ ਆਉਣਾ ਇੱਥੇ ਕਮ ਸੇ ਕਮ ਕੋਈ ਐਡਮਿਸ਼ਨ ਦਾ ਹੱਥ ਬਣੀ ਹੈ ਬੇਨਤੀ ਹੈ ਭਾਈ ਇਸ ਰਸਤੇ ਦਾ ਕੀ ਕਰੋ ਦਰਖਾਸਤ ਚਾੜੀ ਨਹੀਂ ਹੈ ਚਾੜੀ ਨਹੀਂ ਰੋਕੀ ਰੋਕੀ ਬਸ ਰੋਕੀ ਆਹ ਕੋਈ ਗੱਡੀ ਯਾਰ।